ਸੋ ਬਾਈ ਹੁਣ ਨਾਲ ਗੱਲਬਾਤ ਕਰਦੇ ਆ ਬਾਜੀ ਕੀ ਨਾਮ ਹੈ ਰਕੇਸ਼ ਖੰਨਾ ਕੀ ਗੱਲ ਹੋ ਗਈ ਭਾਜੀ ਸਰ ਜੀ ਅਸੀਂ ਗਰੁੱਪ ਬਣਾਇਆ ਸੀਗਾ ਇੱਕ ਵੀ ਅਸੀਂ ਸਾਨੂੰ ਜੇ ਵੀ ਪ੍ਰੋਬਲਮ ਹੁੰਦੀ ਆ ਸੀ ਆਪਾਂ ਸਾਂਝਾ ਕਰੀਏ ਸ਼ੇਅਰ ਕਰੀਏ ਕੋਈ ਦੁੱਖ ਤਕਲੀਫ ਹੁੰਦਾ ਤੇ ਕੁਝ ਬਾਈਆਂ ਨੂੰ ਆਪਣੇ ਨੂੰ ਕੋਈ ਪ੍ਰੋਬਲਮ ਸੀਗੀ ਰੇਟ ਇਸ਼ੂ ਦੀ ਕੁਝ ਸੀਗੀ ਤੇ ਉਹਨਾਂ ਨੇ ਸਟ੍ਰਾਈਕ ਦਾ ਨਾਮ ਲਿੱਤਾ ਗਰੁੱਪ 'ਚ ਤੇ ਇਹਨਾਂ ਨੇ ਚੱਕ ਕੇ ਮੇਰੀ ਆਈ ਡੀ ਬਲੌਕ ਕਰਤੀ ਹੈ ਤੇ ਮੈਂ ਗਰੁੱਪ ਬਣਾਇਆ ਗਰੁੱਪ ਬਣਾਉਣਾ ਕੋਈ ਗੁਨਾਹ ਵਟਸਐਪ ਗਰੁੱਪ ਬਣਾਇਆ ਵਟਸਐਪ ਗਰੁੱਪ ਸਰ ਕਿਸ ਗੱਲੋਂ ਬਣਾਇਆ ਸੀ ਤੇ ਇਸੇ ਕਰਕੇ ਬਣਾਇਆ ਸੀਗਾ ਵੀ ਅਸੀਂ ਕੋਈ ਦੁੱਖ ਤਕਲੀਫ ਸਾਨੂੰ ਹੁੰਦੀ ਹੈ ਕੋਈ ਸਾਂਝਾ ਕਰੀਏ ਤੁਹਾਡਾ ਜਿਹੜਾ ਜ਼ੋਮੈਟੋ ਵਾਲਾ ਅਕਾਊਂਟ ਬੰਦ ਕੀਤਾ ਕਿਹਨਾਂ ਨੇ ਬੰਦ ਕੀਤਾ ਇਹ ਸਰ ਸਾਡੇ ਸੀਨੀਅਰ ਵਿਨੈਸ ਸਰ ਹੈਗੇ ਆ ਇਹਨਾਂ ਨੇ ਅੱਗੇ ਸਰ ਮੇਲ ਪਾਈ ਹੋਣੀ ਆ ਸਰ ਕਿਉਂਕਿ ਹੈਡ ਨੇ ਅੱਗੇ ਪਹੁੰਚਾਣੀ ਆ ਸਾਡੀ ਮੇਲ ਤੇ ਇੱਥੇ ਤੱਕ ਕਿ ਮੇਰਾ ਘਰ ਰੈਸਟੋਰੈਂਟ ਚੱਲਦਾ ਵਾ ਉਹ ਵੀ ਆਈਡੀ ਮੇਰੀ ਬੰਦ ਬਲੌਕ ਕਰਨ ਦੀ ਇਹਨਾਂ ਧਮਕੀ ਦਿੱਤੀ ਆ ਜਿੱਦਾਂ ਮੇਰੀ ਆਈਡੀ ਬੰਦ ਕੀਤੀ ਸਭ ਨੂੰ ਧਮਕੀਆਂ ਦਿੰਦੇ ਆ ਤੁਹਾਡੀ ਆਈਡੀ ਬਲੌਕ ਕਰ ਦਿੱਤੀ ਜਾਂਦੀ ਹੈ ਕਈ ਘਰ ਬੈਠੇ ਭਰਾ ਨਹੀਂ ਆ ਸਕਦੇ ਨਾਲ ਵੀ ਇਸੇ ਦਰਦ ਦੁੱਖ ਤੋਂ ਕਿ ਇਹ ਆਈਡੀ ਬਲੌਕ ਕਰ ਦਿੰਦੇ ਸਾਨੂੰ ਧਮਕੀ ਦਿੰਦੇ ਸਾਡਾ ਰੇਟ ਕਾਰਡ ਕੋਈ ਨਹੀਂ ਸਾਨੂੰ ਸ਼ੋਅ ਕਰਦੇ ਵੀ ਤੁਹਾਨੂੰ ਕੀ ਰੇਟ ਦੇਵਾਂਗੇ ਕੀ ਕਰਾਂਗੇ ਕੁਝ ਨਹੀਂ ਸ਼ੋਅ ਕਰਦੇ ਧੱਕਾ ਕਰਦੇ ਧੱਕਾ ਕਰਦੇ ਆ ਕੋਈ ਸ਼ੋਅ ਨਹੀਂ ਕਰਦੇ ਤੁਹਾਨੂੰ ਇਹ ਰੇਟ ਦੇਵਾਂਗੇ ਅਸੀਂ ਇਹਨਾਂ ਨੂੰ ਇਹੀ ਕਿ ਸਾਨੂੰ ਰੇਟ ਦੱਸੋ ਕੀ ਦਊਂਗੇ ਦੱਸਦੇ ਨਹੀਂ ਸਾਨੂੰ ਆਪ ਨਹੀਂ ਕਹਿੰਦਾ ਪਤਾ ਜੇ ਬਾਈ ਜੀ ਧੱਕਾ ਕਰਦੇ ਨੇ ਕੰਮ ਹੋਰ ਵੀ ਬਹੁਤ ਨੇ ਉਹ ਤੁਸੀਂ ਚੇਂਜ ਕਿਉਂ ਨਹੀਂ ਕਰ ਲਿਆ ਕੰਮ ਇਹ ਸਿਰਫ ਹੋਰ ਸਿਰਫ ਨਾ ਧੰਦਾ ਚਲਾਇਆ ਇਹਨਾਂ ਨੇ ਇਹਨਾਂ ਇਹ ਵੀ ਕਮਿਸ਼ਨਾਂ ਖਾਣ ਡੇ ਆ ਜਿਹੜੇ ਟੀਐਲ ਹੈ ਨਾ ਸਾਡੇ ਇਹ ਕਮਿਸ਼ਨਾਂ ਖਾ ਰਹੇ ਆ ਸਾਡੇ ਹੀ ਪੈਸਿਆਂ ਦੇ ਵਿੱਚੋਂ ਮੈਂ ਮੇਨ ਮੁੱਦਾ ਜਿਹੜਾ ਲੈ ਕੇ ਬੈਠਾ ਹਾਂ ਜੀ ਇੱਕੋ ਹੀ ਕਿ ਸਾਨੂੰ ਸੜਕਾਂ ਦੇ ਮਰਨ ਨੂੰ ਛੱਡਿਆ ਬਸ ਹੋਰ ਕੁਝ ਨਹੀਂ ਅਗਰ ਸਾਨੂੰ ਕੋਈ ਆਰਡਰ 35 ਦਾ ਪੈਂਦਾ ਉਹਨੂੰ 25 ਦਾ ਪਾ ਕੇ 10 ਰੁਪਏ ਲੈਂਦੇ ਆ ਪਰ ਬਾਈ ਜੀ ਇੱਥੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਦਰਸ਼ਕਾਂ ਨੂੰ ਵੀ ਇਹ ਹੋਣਾ ਆ ਕੀ ਸਿਸਟਮ ਹੁੰਦਾ ਕਿ ਇਸ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਦੇ ਨੇ ਕਿ ਇਸ ਹਿਸਾਬ ਨਾਲ ਜਿਹੜੀ ਕਮਿਸ਼ਨ ਮਿਲਦੀ ਆ ਰੋਜ਼ ਤੁਸੀਂ ਕਿੰਨੀਆਂ ਡਿਲੀਵਰੀਆਂ ਕਰਦੇ ਹੋ ਉਹਨਾਂ ਨੇ ਗਿਗ ਸ਼ੁਰੂ ਕੀਤੀ ਜਦੋਂ ਇਹਨਾਂ ਨੇ ਗਿਗ ਸ਼ੁਰੂ ਕੀਤੀ ਇਹਨਾਂ ਨੇ ਮੀਟਿੰਗ ਰੱਖੀ ਕਹਿੰਦੇ ਗਿਗ 'ਚ ਤੁਹਾਨੂੰ ਇੱਦਾਂ ਇੱਦਾਂ ਕਿੰਨੇ ਮੁੰਡਿਆਂ ਨੇ ਕਿਹਾ ਤਾਂ ਗਿਗ ਬਹੁਤ ਵਧੀਆ ਜੀ ਉਸੇ ਟਾਈਮ ਆਪਾਂ ਲੋਕਾਂ ਨੂੰ ਨਹੀਂ ਵਧੀਆ ਲੱਗੀ ਗਿਗ ਸਾਨੂੰ ਪਤਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਨਾਲ ਗਲਤ ਹੋਣਾ ਹੈ ਕੁਛ ਨਾ ਕੁਛ ਸਭ ਤੋਂ ਪਹਿਲੇ ਮੈਂ ਤਾਂ ਇਹੀ ਕਹਾਂਗਾ ਕਿ ਜਿਸ ਬੰਦੇ ਦੀ ਆਈਡੀ ਬੰਦ ਹੋਈ ਹੈ ਰਾਕੇਸ਼ ਖੰਨਾ ਸਭ ਤੋਂ ਪਹਿਲੇ ਉਹਨਾਂ ਦੀ ਆਈਡੀ ਚਾਲੂ ਕੀਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹੱਕ ਸੱਚ ਟੀਵੀ ਮੈਂ ਦਵਿੰਦਰ ਮੰਡ ਸੋ ਜਲੰਧਰ ਦੇ ਵਿੱਚ ਖੜੇ ਹਾਂ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਜ਼ੋਮੈਟੋ ਵਾਲੇ ਜਿਹੜੇ ਸਾਰੇ ਇਕੱਠੇ ਹੋਏ ਨੇ ਸੋ ਕੀ ਇਹਨਾਂ ਦਾ ਪੂਰਾ ਕਿਉਂ ਵਿਰੋਧ ਕਰ ਰਹੇ ਨੇ ਆਪਣੀ ਜ਼ੋਮੈਟੋ ਟੀਮ ਦਾ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ ਸਾਰੀ ਗੱਲਬਾਤ ਕਰਾਂਗੇ ਥੋੜ੍ਹਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਨੇ ਆਪਣਾ ਇੱਕ ਰਲ ਕੇ ਗਰੁੱਪ ਬਣਾਇਆ ਸੀ ਵਟਸਐਪ ਗਰੁੱਪ ਕਿ ਕਿਸੇ ਨੂੰ ਜੇ ਲੋੜ ਪੈਂਦੀ ਕਿਸੇ ਚੀਜ਼ ਦੀ ਤਾਂ ਅਸੀਂ ਇੱਕ ਦੂਜੇ ਦੇ ਦੁੱਖ ਦੇ ਵਿੱਚ ਖੜੇ ਹੋਈਏ ਸਾਂਝੇ ਹੋਈਏ ਪਰ ਇੱਕ ਬਾਈ ਦਾ ਇੱਥੇ ਅਕਾਊਂਟ ਜਿਹੜਾ ਆ ਬੰਦ ਕਰ ਦਿੱਤਾ ਗਿਆ ਜ਼ੋਮੈਟੋ ਸੋ ਬਾਈ ਹੁਣ ਨਾਲ ਗੱਲਬਾਤ ਕਰਦੇ ਹਾਂ ਬਾਜੀ ਕੀ ਨਾਮ ਹੈ ਰਕੇਸ਼ ਖੰਨਾ ਕੀ ਗੱਲ ਹੋ ਗਈ ਭਾਜੀ ਸਰ ਜੀ ਅਸੀਂ ਗਰੁੱਪ ਬਣਾਇਆ ਸੀਗਾ ਇੱਕ ਵੀ ਅਸੀਂ ਸਾਨੂੰ ਜੇ ਵੀ ਪ੍ਰੋਬਲਮ ਹੁੰਦੀ ਆ ਵੀ ਆਪਾਂ ਸਾਂਝਾ ਕਰੀਏ ਸ਼ੇਅਰ ਕਰੀਏ ਕੋਈ ਦਿਨ ਦੁੱਖ ਤਕਲੀਫ ਹੁੰਦਾ ਤੇ ਕੁਝ ਬਾਈਆਂ ਨੂੰ ਆਪਣੇ ਨੂੰ ਕੋਈ ਪ੍ਰੋਬਲਮ ਸੀਗੀ ਰੇਟ ਇਸ਼ੂ ਦੀ ਕੁਝ ਸੀਗੀ ਤੇ ਉਹਨਾਂ ਨੇ ਸਟ੍ਰਾਈਕ ਦਾ ਨਾਮ ਲਿੱਤਾ ਗਰੁੱਪ 'ਚ ਤੇ ਇਹਨਾਂ ਨੇ ਚੱਕ ਕੇ ਮੇਰੀ ਆਈ ਡੀ ਬਲੌਕ ਕਰਤੀ ਹੈ ਵੀ ਤੂੰ ਆਈ ਡੀ ਕਿਉਂ ਬਲੌਕ ਕੀਤੀ ਵੀ ਤੂੰ ਸਟ੍ਰਾਈਕ ਕਰਵਾ ਰਿਹਾ ਵਾ ਤੂੰ ਗਰੁੱਪ ਬਣਾਇਆ ਵਾ ਵੀ ਤੂੰ ਗਰੁੱਪ ਕਿਉਂ ਬਣਾਇਆ ਮੈਂ ਸਰ ਮੈਂ ਗਰੁੱਪ ਬਣਾਇਆ ਮੈਨੂੰ ਕਾਲ ਵੀ ਆਈਆਂ ਉਹਨਾਂ ਦੇ ਮੈਂ ਗਰੁੱਪ ਬਣਾਇਆ ਗਰੁੱਪ ਬਣਾਉਣਾ ਕੋਈ ਗੁਨਾਹ ਵਟਸਐਪ ਗਰੁੱਪ ਬਣਾਇਆ ਵਟਸਐਪ ਗਰੁੱਪ ਸਰ ਕਿਸ ਗੱਲੋਂ ਬਣਾਇਆ ਸੀ ਤੇ ਇਸੇ ਕਰਕੇ ਬਣਾਇਆ ਸੀਗਾ ਵੀ ਅਸੀਂ ਕੋਈ ਕੋਈ ਦੁੱਖ ਤਕਲੀਫ ਸਾਨੂੰ ਹੁੰਦੀ ਹੈ ਕੋਈ ਸਾਂਝਾ ਕਰੀਏ ਵੀ ਅਸੀਂ ਇੱਕ ਦੂਜੇ ਦੀ ਹੈਲਪ ਤੇ ਪਹੁੰਚੀਏ ਕਿਸੇ ਕੋਈ ਵੀ ਪ੍ਰੋਬਲਮ ਆਉਂਦੀ ਆਪਾਂ ਇਕੱਠੇ ਹੋਈਏ ਤੁਹਾਡਾ ਜਿਹੜਾ ਜ਼ੋਮੈਟੋ ਵਾਲਾ ਅਕਾਊਂਟ ਬੰਦ ਕੀਤਾ ਕਿਹਨਾਂ ਨੇ ਬੰਦ ਕੀਤਾ ਇਹ ਸਰ ਸਾਡੇ ਸੀਨੀਅਰ ਵਿਨੈਸ ਸਰ ਹੈਗੇ ਆ ਇਹਨਾਂ ਨੇ ਅੱਗੇ ਸਰ ਮੇਲ ਪਾਈ ਹੋਣੀ ਆ ਸਰ ਕਿਉਂਕਿ ਹੈਡ ਨੇ ਅੱਗੇ ਪਹੁੰਚਾਣੀ ਹੈ ਸਾਡੀ ਮੇਲ ਉਹਨਾਂ ਨੇ ਪਵਾਈ ਹੈ ਸਾਡੀ ਆਈਡੀ ਬੰਦ ਕਰਵਾਈ ਹੈ ਕਿਸ ਦਿਨ ਦਾ ਬੰਦ ਹੋਇਆ ਇਹ ਸਰ ਕੱਲ੍ਹ ਦਾ ਹੋਇਆ ਤਾ ਤੇ ਇੱਥੇ ਤੱਕ ਕਿ ਮੇਰਾ ਘਰ ਰੈਸਟੋਰੈਂਟ ਚੱਲਦਾ ਵਾ ਉਹ ਵੀ ਆਈਡੀ ਮੇਰੀ ਬੰਦ ਬਲੌਕ ਕਰਨ ਦੀ ਇਹਨਾਂ ਨੇ ਧਮਕੀ ਦਿੱਤੀ ਆ ਵੀ ਤੇਰੇ ਜੇ ਕੋਈ ਤੁਸੀਂ ਕੁਝ ਕੀਤੀ ਕਾਰਵਾਈ ਤੇ ਆਪਣੀ ਸਟ੍ਰਾਈਕ ਵਾਪਸ ਨਾ ਲਈ ਤੇ ਤੁਹਾਡੀ ਉਹ ਵੀ ਆਈਡੀ ਦੇ ਐਕਸ਼ਨ ਲਿੱਤਾ ਜਾਏਗਾ ਬਲੌਕ ਕੀਤੀ ਜਾਏਗੀ ਕਹਿਣ ਦਾ ਮਤਲਬ ਜਿਹੜਾ ਤੁਹਾਡਾ ਰੈਸਟੋਰੈਂਟ ਜਿਹੜਾ ਸ਼ੋਅ ਹੁੰਦਾ ਜ਼ੋਮੈਟੋ ਤੋਂ ਵੀ ਬੰਦ ਕਰ ਦਿੱਤਾ ਹੋ ਨਹੀਂ ਕੀਤਾ ਨਹੀਂ ਸਰ ਉਹ ਕਰਨ ਦੀ ਧਮਕੀ ਦਿੱਤੀ ਇਹਨਾਂ ਨੇ ਵੀ ਉਹ ਤੁਹਾਡਾ ਬੰਦ ਕੀਤਾ ਜਾਏਗਾ ਉੱਤੇ ਐਕਸ਼ਨ ਲਿੱਤਾ ਜਾਏਗਾ ਹਾਂ ਜੇ ਉਹ ਮੇਰਾ ਐਕਸ਼ਨ ਲੈਂਦੇ ਆ ਤੇ ਆਪਾਂ ਕਾਰਵਾਈ ਅੱਜ ਤਾਂ ਜ਼ੋਮੈਟੋ ਵਾਲੇ ਭਰਾ ਖੜੇ ਆ ਤੇ ਕੱਲ ਨੂੰ ਮੈਂ ਕੋਈ ਹੋਰ ਐਕਸ਼ਨ ਫਿਰ ਲਵਾਂਗਾ ਜੇ ਨਾ ਉਹਨਾਂ ਨੇ ਸਹੀ ਕੀਤਾ ਤਾਂ ਕਿਹੜਾ ਐਕਸ਼ਨ ਆਪਾਂ ਸੀਨੀਅਰ ਦੇ ਘਰ ਦੇ ਅੱਗੇ ਡੇਰਾ ਲਾਵਾਂਗੇ ਫਿਰ ਕਿੱਦਾਂ ਤੋਂ ਜਿਹੜੇ ਸਾਰੇ ਭਰਾ ਤੁਸੀਂ ਇਕੱਠੇ ਹੋਏ ਹੋ ਅਸੀਂ ਤਾਂ ਕੱਲ੍ਹ ਆਪਣੀ ਪਲੈਨਿੰਗ ਸੀਗੀ ਅੱਜ ਇਕੱਠੇ ਹੋਣ ਦੀ ਤੇ ਅੱਜ ਅਸੀਂ ਸਾਰੇ ਭਰਾ ਇਕੱਠੇ ਹੋਏ ਆ ਕੱਲ੍ਹ ਤੁਸੀਂ ਕੰਮ ਕੀਤਾ ਕੱਲ੍ਹ ਸਰ ਮੈਂ 1 ਵਜੇ ਦਾ ਕੀਤਾ 1 ਵਜੇ ਤੋਂ ਬਾਅਦ ਮੇਰੀ ਇਹਨਾਂ ਨੇ ਆਈਡੀ ਬਲੌਕ ਕਰਤੀ ਤੇ ਬਾਕੀ ਜਿੰਨੇ ਵੀ ਤੁਹਾਡੇ ਨਾਲ ਸਾਥੀ ਇਕੱਠੇ ਹੋਏ ਨੇ ਇਹਨਾਂ ਨੇ ਕੰਮ ਕੀਤਾ ਸੀ ਇਹ ਸਰ ਕਰ ਰਹੇ ਸੀ ਹਾਂਜੀ ਸਾਰੇ ਕਰ ਅੱਜ ਕੋਈ ਵੀ ਨਹੀਂ ਕੰਮ ਕਰ ਰਿਹਾ ਕਰ ਰਿਹਾ ਸਰ ਅੱਜ ਸਵੇਰ ਤੋਂ ਸਭ ਦੀ ਆਈਡੀਆ ਬੰਦ ਆ ਜੀ ਸਾਰਿਆਂ ਦੀ ਆਈਡੀਆ ਬੰਦ ਕਰ ਦਿੱਤੀਆਂ ਕਈ ਸਰ ਭਰਾ ਸਾਡੇ ਇੱਦਾਂ ਦੇ ਚਲੋ ਅੱਜ ਜਿੱਦਾਂ ਮੇਰੀ ਆਈਡੀ ਬੰਦ ਕੀਤੀ ਸਭ ਨੂੰ ਧਮਕੀਆਂ ਦਿੰਦੇ ਤੁਹਾਡੀ ਆਈਡੀ ਬਲੌਕ ਕਰ ਦਿੱਤੀ ਜਾਂਦੀ ਹੈ ਕਈ ਘਰ ਬੈਠੇ ਭਰਾ ਨਹੀਂ ਆ ਸਕਦੇ ਨਾਲ ਵੀ ਇਸੇ ਦਰਦ ਦੁੱਖ ਤੋਂ ਕਿ ਇਹ ਆਈਡੀ ਬਲੌਕ ਕਰ ਦਿੰਦੇ ਸਾਨੂੰ ਧਮਕੀ ਦਿੰਦੇ ਸਾਡਾ ਰੇਟ ਕਾਰਡ ਕੋਈ ਨਹੀਂ ਸਾਨੂੰ ਸ਼ੋਅ ਕਰਦੇ ਵੀ ਤੁਹਾਨੂੰ ਕੀ ਰੇਟ ਦੇਵਾਂਗੇ ਕੀ ਕਰਾਂਗੇ ਕੁਛ ਨਹੀਂ ਸ਼ੋਅ
तो अपने जो अपने 80-90 बंदे का सर खड़े ही है सामने ही देख लो। बाकी डर दे मारे नहीं खड़े हुए सर, ठीक है कि हाँ भी साड़ी आईडी ना बंद कर दे, कोई इशू ना क्रिएट कर दे, ठीक है। बाकी अपने अपने घर बैठे हुए सारे। भाई जी की लगता है कि आने वाले समय के जरा इन्ह की आई डी ठीक करे या कोई होर एक्शन लैन? नहीं भाई ये ठीक नहीं करे, इन्हों जो पूछ लो ना कि इन्हों रीज़न की हैगा, कि रीज़न रीज़न की हैगा, ये करते नहीं पता कुछ नहीं करते है कि पूछिए कि ट्रेनिंग मोड चलता पे जी 6 महीने हो गए जी, 6 महीने ट्रेनिंग मोड चलता पे, कि इन्हें पूछिए कि सानू किस पे किन्ने किलोमीटर तक पैसे देंगे, इन्होंने कोई हिसाब नहीं है, फिर कल टीए ले गए जी। ਬਾਈ ਜੀ ਨੇ ਗੱਲ ਕੀਤੀ ਹੈ ਕਿ ਟ੍ਰੇਨਿੰਗ ਦਾ ਵੀ ਸਿਸਟਮ ਹੁੰਦਾ ਆ, ਕਿੰਨੇ ਮਹੀਨੇ ਦੀ ਜਿਹੜੀ ਟ੍ਰੇਨਿੰਗ ਹੁੰਦੀ ਆ ਵੀ? ਟ੍ਰੇਨਿੰਗ ਦੀ ਗੱਲ ਵੀ ਜਿਹੜੀ ਇਹਨਾਂ ਕਰਦੇ ਨੇ ਇਹਨਾਂ ਕਰੀਓ, ਮੈਂ ਮੇਨ ਮੁੱਦਾ ਜਿਹੜਾ ਲੈ ਕੇ ਬੈਠਾ ਹਾਂ ਜੀ ਇੱਕੋ ਹੀ ਕਿ ਸਾਨੂੰ ਸੜਕਾਂ 'ਤੇ ਮਰਨ ਨੂੰ ਛੱਡਿਆ ਬਸ, ਹੋਰ ਕੁਛ ਨਹੀਂ। ਇਹ ਸਿਰਫ ਹੋਰ ਸਿਰਫ ਨਾ ਧੰਦਾ ਚਲਾਇਆ ਇਹਨਾਂ ਨੇ, ਇਹਨਾਂ ਇਹ ਵੀ ਕਮਿਸ਼ਨਾਂ ਖਾਣ ਡੇ ਆ, ਜਿਹੜੇ ਟੀ ਐੱਲ ਹੈ ਨਾ ਸਾਡੇ ਇਹ ਕਮਿਸ਼ਨਾਂ ਖਾ ਰਹੇ ਆ ਸਾਡੇ ਹੀ ਪੈਸਿਆਂ ਦੇ ਵਿੱਚੋਂ। ਅਗਰ ਸਾਨੂੰ ਕੋਈ ਔਡਰ 35 ਦਾ ਪੈਂਦਾ ਉਹਨੂੰ 25 ਦਾ ਪਾ ਕੇ 10 ਰੁਪਏ ਲੈਂਦੇ ਆ, ਜ਼ੋਮੈਟੋ ਵਾਲੇ ਖੁਦ ਲੈਂਦੇ। ਹਾਂਜੀ ਇੱਦਾਂ ਹੀ ਆ ਕੁਛ, ਕਿਉਂਕਿ ਸਾਡੇ ਬਹੁਤ ਪੈਸੇ ਘੱਟ ਗਏ ਜੀ, ਅਸੀਂ ਸਾਨੂੰ 4 ਕਿਲੋਮੀਟਰ ਚੱਕਣ ਦਾ ਔਡਰ ਪੈਂਦਾ ਅਗਰ, ਠੀਕ ਹੈ ਨਾ, ਚੱਕਣਾ ਆ ਫਿਰ 8 ਕਿਲੋਮੀਟਰ ਦੇਣਾ ਆ, 12 ਕਿਲੋਮੀਟਰ ਦੇ ਔਡਰ ਦੇ ਪੈਸੇ ਪਹਿਲੇ 100 ਰੁਪਏ ਲਗਭਗ ਮਿਲਦਾ ਸੀ, ਹੁਣ ਸਾਨੂੰ ਮਿਲਦਾ ਪਿਆ ਜੀ ਮੁਸ਼ਕਲ ਨਾਲ 70 ਰੁਪਈਏ 65-70 ਰੁਪਈਏ, ਹੱਦ 75 ਕਰ ਦੂਗੇ ਜਦੋਂ ਅਸੀਂ ਡਿਲੀਵਰ ਮਾਰ ਕਰ ਦਿੰਦੇ ਹਾਂ। ਹੁਣ ਮੁੱਦਾ ਜੀ ਸਾਡਾ ਇਹੀ ਹੈ ਕਿ ਇਹ ਆਪਾਂ ਸਟ੍ਰਾਈਕ ਮੁੱਦਾ ਤਾਂ ਚੱਕਿਆ, 1.5 ਮਹੀਨੇ ਪਹਿਲਾਂ ਸਾਡੀ ਇਹਨਾਂ ਨਾਲ ਟੀ ਐੱਲ ਹੋਣਾ ਨਾਲ ਸਾਰੀ ਮੀਟਿੰਗ ਹੋਈ ਸੀਗੀ, ਇੱਕ ਮੇਨ ਸੂਰਜ ਸਰ ਹੈਗੇ ਆ, ਸੂਰਜ ਨਾਮ ਉਹਨਾਂ ਦਾ, ਉਹ ਆਏ ਸੀਗੇ, ਉਹਨਾਂ ਨੇ ਵੀ ਸਾਨੂੰ ਇੱਕ ਆਸ਼ਵਾਸਨ ਦੇ ਦਿੱਤਾ ਕਿ ਆਪਾਂ ਹਫ਼ਤੇ ਦੇ ਵਿੱਚ ਤੁਹਾਡਾ ਹੱਲ ਕਰ ਦਾਂਗੇ, ਹੱਲ ਇੱਦਾਂ ਕਰਾਂਗੇ ਕਿ ਕੁਛ ਨਾ ਕੁਛ ਤੁਹਾਡੇ ਰੇਟ ਦੇ ਵਿੱਚ ਫਰਕ ਆਜੂਗਾ, ਬਟ ਇਹਨਾਂ ਨੇ ਕੁਛ ਵੀ ਨਹੀਂ ਕੀਤਾ। ਪਰ ਬਾਈ ਜੀ ਇੱਥੇ ਮੈਂ ਜਾਣਨਾ ਚਾਹੁੰਦਾ ਕਿਉਂਕਿ ਦਰਸ਼ਕਾਂ ਨੂੰ ਵੀ ਇਹ ਹੋਣਾ ਆ ਕਿ ਕੀ ਸਿਸਟਮ ਹੁੰਦਾ, ਕਿਸ ਹਿਸਾਬ ਨਾਲ ਤੁਹਾਨੂੰ ਪੈਸੇ ਮਿਲਦੇ ਨੇ, ਕਿਸ ਹਿਸਾਬ ਨਾਲ ਜਿਹੜੀ ਕਮਿਸ਼ਨ ਮਿਲਦੀ ਆ ਰੋਜ਼, ਤੁਸੀਂ ਕਿੰਨੀਆਂ ਕੁ ਡਿਲੀਵਰੀਆਂ ਕਰਦੇ ਹੋ? ਮੈਂ ਤੁਹਾਨੂੰ ਉਹੀ ਪੂਰੀ ਗੱਲ ਸਮਝਾਉਂਦਾ। ਦੇਖੋ ਜੀ ਇੱਕ ਰਾਈਡਰ ਨੂੰ ਜਦੋਂ ਔਡਰ ਪੈਂਦਾ, ਇੱਥੇ ਖੜੇ ਹਾਂ ਜੀ ਫੂਡ ਬਿਆਰ, ਇੱਥੇ ਮੁੰਡੇ ਆ ਕੇ ਔਡਰ ਚੱਕੀ ਜਾਂਦੇ ਆ, ਇਸ ਰਾਈਡਰ ਨੂੰ ਚੱਕ ਕੇ ਮਾਰਨਾ ਇਹਨਾਂ ਨੇ 3 ਕਿਲੋਮੀਟਰ ਦੂਰ ਔਡਰ ਚੱਕ, ਠੀਕ ਹੈ ਜੀ, ਉੱਥੇ ਜਾ ਕੇ ਔਡਰ ਚੱਕਣ ਜਦੋਂ ਤੱਕ ਜਾਣਾ ਉਹਨਾਂ ਨੇ ਕਹਿਣਾ ਹਲੇ ਫੂਡ ਪ੍ਰਿਪੇਅਰ ਹੋ ਰਿਹਾ, ਠੀਕ ਹੈ ਜੀ, ਔਡਰ ਸਾਨੂੰ ਪੈਣਾ ਹੈ ਜੀ ਇੱਥੋਂ ਚੱਕਣਾ 1.5 ਕਿਲੋਮੀਟਰ, ਫਿਰ ਦੇਣਾ ਕਿ 3 ਕਿਲੋਮੀਟਰ ਲਾ ਲਓ, ਸਾਨੂੰ 20 ਰੁਪਏ ਦਾ ਔਡਰ ਪੈਣਾ ਉਹ, ਠੀਕ ਹੈ ਜੀ। ਉਹਨੇ ਜਿਹੜਾ ਮਰਚੈਂਟ ਹੈ ਰੈਸਟੋਰੈਂਟ ਵਾਲੇ ਨੇ ਸਾਨੂੰ 20-25 ਮਿੰਟ ਲਾ ਕੇ ਵੀ ਨਾ ਇਹਨੇ ਕਹਿਣਾ ਹਲੇ ਟਾਈਮ ਲੱਗਣਾ, ਜੇ ਆਪਾਂ ਉਹਨਾਂ ਕੋਲ ਮੰਗ ਲੈਂਦੇ ਹਾਂ ਕਿ ਭਾਜੀ 3 ਵਾਰੀ ਪੁੱਛ ਲੈਂਦੇ ਹਾਂ ਕਿ ਸਾਡਾ ਹੱਕ ਬਣਦਾ ਕਿ ਕਿਉਂ ਨਹੀਂ ਹਲੇ ਤੱਕ ਰੈਡੀ ਹੋ ਰਿਹਾ, ਪਰ ਇਹ ਚੀਜ਼ਾਂ ਵੀ ਹੈ ਕਿ ਵੇਟਿੰਗ ਟਾਈਮ ਵੀ ਨਹੀਂ ਸਾਨੂੰ ਮਿਲਦਾ, ਅਸੀਂ ਉੱਥੇ ਰੈਸਟੋਰੈਂਟ ਦੇ ਪਹਿਲੇ ਖਰਾਬ ਹੋ ਗਏ, ਅਗਰ ਜੇ ਕਸਟਮਰ ਦੀ ਲੋਕੇਸ਼ਨ 'ਤੇ ਪਹੁੰਚਦੇ ਫੋਨ ਨਹੀਂ ਚੱਕਦਾ, ਠੀਕ ਹੈ ਜੀ, ਜਾਂ ਉਹ ਕਹਿੰਦਾ ਵੇਟ ਕਰ ਲਓ ਜਾਂ ਮੈਂ ਬਾਹਰ ਆ ਕਿਤੇ, ਅਸੀਂ ਉੱਥੇ ਵੀ ਖੱਜਲ ਹੁੰਦੇ ਹਾਂ, ਠੀਕ ਹੈ ਜੀ। ਇਹ 20-22 ਰੁਪਏ ਦੇ ਵਿੱਚ ਸਾਡੀ ਜ਼ਿੰਦਗੀ ਇੱਦਾਂ ਤੁਸੀਂ ਕੀਤੀ ਵੀ, ਜਾਂ ਤਾਂ ਸਾਨੂੰ ਇੱਕ ਪਰਫੈਕਟ ਇੱਕ ਮਤਲਬ ਸਿੱਧਾ ਕੰਮ ਦੇ ਨਾਲ ਨਹੀਂ ਕੰਮ ਚੱਲ ਰਿਹਾ, ਇੱਕ ਸਿੱਧਾ ਕਰ ਦਿਓ, ਅਗਰ ਮਤਲਬ ਤੁਹਾਨੂੰ 3-4 ਕਿਲੋਮੀਟਰ ਦਾ ਔਡਰ ਪੈਂਦਾ ਤੁਹਾਨੂੰ 45 ਰੁਪਏ ਫਿਕਸ ਮਿਲਣਗੇ, ਠੀਕ ਹੈ ਨਾ। ਇਹ ਕੁਛ ਵੀ ਨਹੀਂ ਕਰ ਰਹੇ, ਇੱਦਾਂ ਵੀ ਨਹੀਂ ਕਰ ਰਹੇ, ਨਾ ਵੇਟਿੰਗ ਟਾਈਮ ਦੇ ਰਹੇ, ਨਾ ਫਸਟ ਮਾਈਲ ਦੀ ਪਿਕਅਪ ਦੇ ਰਹੇ ਆ, ਜਿਹੜੇ ਸਾਨੂੰ ਚੱਕਣ ਦੇ ਵੀ ਪੈਸੇ ਦਿਓ ਕਹਿੰਦੇ ਉਹ ਨਹੀਂ ਦੇਣੇ ਆਪਾਂ, ਤੁਹਾਨੂੰ ਲਾਸਟ ਮਾਈਲ ਦੇ ਪੈਸੇ ਮਿਲੂ ਕੋਈ ਡਰੋਪ ਕਰਕੇ ਆਉਂਦੇ, ਜੇ 4 ਕਿਲੋਮੀਟਰ ਦੇਣ ਚੱਲੇ ਉਹ ਵੀ ਸਾਨੂੰ ਦੱਸਦੇ ਨਹੀਂ ਕਿ 3 ਰੁਪਏ ਕਿਲੋਮੀਟਰ ਦੇ ਰਹੇ ਆ, ਕਹਿੰਦੇ ਐਕਸਪੈਕਟਡ ਅਮਾਊਂਟ ਹੈ, ਇਹ ਕੰਪਨੀ ਤੁਹਾਨੂੰ ਆਪਣੇ ਹਿਸਾਬ ਨਾਲ ਦੇ ਰਹੀ ਹੈ। ਪੈਟਰੋਲ ਦਾ ਖਰਚਾ ਵੀ ਦਿੰਦੀ ਕੰਪਨੀ? ਪੈਟਰੋਲ ਦਾ ਖਰਚਾ ਵਿੱਚ ਹੀ ਹੈ, ਜਿੱਦਾਂ ਮੰਨ ਲਓ 15 ਕਿਲੋਮੀਟਰ ਦਾ ਔਡਰ ਪੈ ਗਿਆ ਸਾਨੂੰ, ਪਿਆ ਵੀ ਆਪਣੇ ਸ਼ਹਿਰ ਦੇ ਕੰਢੇ ਤੋਂ, ਲੰਬਾ ਪਿੰਡ ਚੌਂਕ ਦੇ ਕੋਲ ਕੋਈ ਰੈਸਟੋਰੈਂਟ ਹੈ, ਉੱਥੋਂ ਹੀ ਆਪਾਂ ਚੱਕ ਕੇ ਅੱਗੇ ਨਿਕਲ ਗਏ ਕਿਸ਼ਨਗੜ੍ਹ, ਉੱਥੋਂ ਵੀ ਅੰਦਰ ਵੜ ਵੜ ਕੇ ਪਿੰਡਾਂ 'ਚ ਆਪਾਂ, ਤੁਸੀਂ ਆਪ ਸੋਚੋ 15 ਕਿਲੋਮੀਟਰ ਦਾ ਔਡਰ ਪੈ ਰਿਹਾ ਸਾਨੂੰ 75 ਰੁਪਏ ਦਾ ਜਾਂ 80 ਰੁਪਏ ਦਾ, ਉਹ ਕਹਿੰਦੇ ਵੱਧ ਕੇ ਵਾਪਸੀ ਰਿਟਰਨ ਪਾ ਕੇ ਤੁਹਾਨੂੰ ਨਾ ਵਾਪਸੀ ਆਉਣ ਦੇ ਪੈਸੇ 10-12 ਰੁਪਏ ਐਡ ਹੋ ਜੂਗੇ, ਚਲੋ ਮੰਨ ਲੈਣੇ 82 ਰੁਪਏ ਹੋ ਗਏ, ਉੱਥੋਂ ਦੀ ਔਡਰ ਦੇ ਕੇ ਅਸੀਂ ਵਾਪਸ ਇੱਧਰ ਨੂੰ ਹੀ ਆਉਣਾ, ਗਾਂਹ 'ਤੇ ਲੰਘ ਨਹੀਂ ਜਾਣਾ ਹੁਸ਼ਿਆਰਪੁਰ ਨੂੰ, ਠੀਕ ਹੈ ਜੀ। ਆਪਾਂ ਵਾਪਸ ਪਹੁੰਚਾਂਗੇ ਫਿਰ ਲੰਮਾ ਪਿੰਡ ਜੋਗ, 15-15-30 ਕਿਲੋਮੀਟਰ ਹੋ ਗਿਆ ਜੀ, ਠੀਕ ਹੈ। ਅਸੀਂ ਕੀ ਕਮਾਉਣਾ, ਸਾਡੀ ਗੱਡੀ ਦੀ ਘਸਾਈ, ਐਡੀ ਗਰਮੀ ਜਿਹੀ ਸ਼ਹਿਰੋਂ ਬਾਹਰ, ਉੱਤੋਂ ਪਿੱਛੋਂ ਆਪਾਂ ਔਡਰ ਕੀ ਲਾਵਾਂਗੇ, ਫਿਰ ਆਪਾਂ ਕੰਡੇ ਲਿਆਵਾਂਗੇ, ਫਿਰ ਸਾਨੂੰ ਚੱਕ ਕੇ ਫਿਰ ਬਾਹਰ ਮਾਰ। ਪੈਟਰੋਲ ਵੀ ਨਹੀਂ ਦਿੰਦੇ, ਕੋਈ ਹੋਰ ਫੈਸਿਲਿਟੀ ਦਿੰਦੇ ਹੋਣ? ਫੈਸਿਲਿਟੀ ਕੋਈ ਵੀ ਨਹੀਂ ਹੈ ਜੀ, ਬਸ ਕੋਈ ਮੈਡੀਕਲ ਵਗੈਰਾ ਕੋਈ ਕੁਛ ਕੁਛ ਨਹੀਂ, ਮੈਡੀਕਲ ਕੀ ਹੈ ਜੀ, ਮੈਡੀਕਲ ਵੀ ਮਤਲਬ ਕਿ ਸੀਟੀਆਂ ਖਾ ਖਾ ਕੇ ਮਿਲਦਾ ਜੀ, ਪਹਿਲੇ ਪਹਿਲੇ ਆਪਣੇ ਕੋਲ ਪੈਸੇ ਲਾ ਦਿਓ, ਫਿਰ ਬਾਅਦ ਮਿਲ ਜੂਗਾ ਜੀ ਤੁਹਾਡਾ, ਕਲੇਮ ਕਰ ਦਿਆਂਗੇ, ਉਹ ਵੀ ਬਹੁਤ ਮੁਸ਼ਕਲ ਨਾਲ ਹੁੰਦਾ ਜੀ। ਬਾਈ ਜੀ ਇੱਕ ਗੱਲ ਦੱਸ ਰਹੇ ਸੀਗੇ, ਕਹਿ ਰਹੇ ਸੀਗੇ ਕਿ ਜੇ ਕੋਈ ਮੰਨ ਲਓ ਕਿ ਜ਼ਰੂਰੀ ਕੰਮ ਪੈ ਗਿਆ, ਜੇ ਐਮਰਜੈਂਸੀ ਪੈ ਗਈ, ਛੁੱਟੀ ਕਰ ਲਓ, ਉਲਟਾ ਪੈਸੇ ਦੇਣੇ ਪੈਂਦੇ ਆ। ਬਿਲਕੁਲ ਜੀ, ਇਹ ਕੀ ਇਹਨਾਂ ਨੇ ਕੀਤਾ ਪਿੱਛੇ, ਇਹਨਾਂ ਨੇ ਫਰਵਰੀ ਦੇ ਮਹੀਨੇ ਤੋਂ ਜਨਵਰੀ ਤੋਂ ਗੋਲ ਨਾ ਐਂਡ 'ਤੇ ਇਹਨਾਂ ਨੇ ਕਿਹਾ ਸੀ ਗਿੱਗ ਆਈ ਹੈ, ਗਿੱਗ ਇੱਕ ਨਵਾਂ ਸਿਸਟਮ ਅਸੀਂ ਕੀਤਾ ਵਾ ਜਿਹਦੇ ਵਿੱਚ ਕਿ ਤੁਸੀਂ ਬਹੁਤ ਜ਼ਿਆਦਾ ਆਪਣੇ ਵੱਲੋਂ ਜਿੰਨੀ ਮਿਹਨਤ ਕਰੋਗੇ ਜ਼ਿਆਦਾ ਅਰਨ ਕਰੋਗੇ। ਪਹਿਲੇ ਮਿਲਦੇ ਹੀ ਸਾਨੂੰ 20 ਔਡਰ ਲਾਉਣ 'ਤੇ 10 ਘੰਟੇ ਪੂਰੇ ਕਰਕੇ, ਉਹ ਵੀ ਦਿਨ ਦੇ 20 ਔਡਰ ਲਾ ਕੇ 1000 ਰੁਪਈਆ, ਜਿਹਦੇ ਵਿੱਚ ਉਹਦੀ 250-300 ਦਾ ਤੇਲ ਕੱਢ ਦਿਉ, 700 ਸਾਡਾ ਡੇਲੀ ਦਾ ਬਣਦਾ ਸੀਗਾ। ਹੁਣ ਉਹਦੇ ਵਿੱਚ ਕਈ ਗਲਤ ਕਰਦੇ ਸੀ ਮੁੰਡੇ ਕਿ ਹੋਲਡ ਕਰ ਲੈਂਦੇ ਸੀ, ਉਹ ਟਾਈਮ ਸਿਰ ਲਾ ਲੈਂਦੇ ਸੀ 20 ਔਡਰ, ਉਹ ਹੋਲਡ ਕਰਦੇ ਸੀਗੇ, ਕੰਪਨੀ ਨੂੰ ਉਸ ਚੀਜ਼ ਤੋਂ ਦਿੱਕਤ ਹੁੰਦੀ ਸੀ। ਉਹਨਾਂ ਨੇ ਗਿੱਗ ਸ਼ੁਰੂ ਕੀਤੀ, ਜਦੋਂ ਇਹਨਾਂ ਨੇ ਗਿੱਗ ਸ਼ੁਰੂ ਕੀਤੀ ਇਹਨਾਂ ਨੇ ਮੀਟਿੰਗ ਰੱਖੀ, ਕਹਿੰਦੇ ਗਿੱਗ 'ਚ ਤੁਹਾਨੂੰ ਇੱਦਾਂ ਇੱਦਾਂ,
ਕਿੰਨੇ ਮੁੰਡਿਆਂ ਨੇ ਕਿਹਾ ਗਿਗ ਬਹੁਤ ਵਧੀਆ ਜੀ ਉਸੇ ਟਾਈਮ ਆਪਾਂ ਲੋਕਾਂ ਨੂੰ ਨਹੀਂ ਵਧੀਆ ਲੱਗੀ ਗਿਗ ਸਾਨੂੰ ਪਤਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਨਾਲ ਗਲਤ ਹੋਣਾ ਹੈ ਕੁਛ ਨਾ ਕੁਛ ਕਿਉਂਕਿ ਇਹਦੇ ਵਿੱਚ ਫਿਕਸ ਨਹੀਂ ਰਹਿਣਾ ਕੁਛ ਠੀਕ ਹੈ ਜੀ ਅੱਜ ਦੀ ਡੇਟ 'ਚ ਉਹੀ ਹੋ ਰਿਹਾ ਜੀ ਪਹਿਲੇ ਗਿਗ ਹੁੰਦੀ ਸੀ ਆਪਾਂ ਸਿਲੈਕਟ ਕਰਦੇ ਹਾਂ ਇੱਦਾਂ ਜਿੱਦਾਂ ਹੁਣ ਇੱਕ ਇਹਨਾਂ ਨੇ ਚਾਰ ਬਣਾਏ ਆ ਮਤਲਬ ਇੱਕ ਸਟੈਪ ਬਾਏ ਬਲੂ ਬਰੌਂਜ ਸਿਲਵਰ ਅਤੇ ਇੱਕ ਡਾਇਮੰਡ ਇਹ ਰੈਂਕ ਨੇ ਇਹ ਮੈਡਲ ਬਣਾਏ ਇਹਨਾਂ ਨੇ ਕਹਿੰਦੇ ਜਿਹੜਾ ਬੰਦਾ ਮਤਲਬ ਡਾਇਮੰਡ ਤੱਕ ਪਹੁੰਚੇਗਾ ਉਹਨੂੰ ਬੈਸਟ ਫੈਸਿਲਿਟੀਜ਼ ਮਿਲਣਗੀਆਂ ਜਿਹੜਾ ਕਸਟਮਰ ਐਗਜ਼ੀਕਿਊਟਿਵ ਹੁੰਦੇ ਆ ਉਹ ਪਹਿਲੀ ਤੁਹਾਡੀ ਕੋਲ ਚੱਕੂਗੇ ਅਗਰ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਬਾਕੀ ਹੋਰ ਵੀ ਤੁਹਾਨੂੰ ਸਾਰੀਆਂ ਮਤਲਬ ਫੈਸਿਲਿਟੀਆਂ ਮਿਲਦੀਆਂ ਰਹਿਣਗੀਆਂ ਅਤੇ ਜੀ ਡਾਇਮੰਡ ਦੇ ਵਿੱਚ ਵੀ ਜੇ ਬੰਦਾ ਪਹੁੰਚ ਜਾਂਦਾ ਨਾ ਭਾਅ ਜੀ ਉਹਨੂੰ ਚਾਰ ਦਿਨ ਲੱਗਦੇ ਆ ਬਲੂ 'ਚ ਡਿੱਗਣ ਨੂੰ ਉਹਦੀ ਵਜ੍ਹਾ ਕੀ ਆ ਪਹਿਲੇ ਗਿਗ ਆਪਾਂ ਸਿਲੈਕਟ ਕਰਦੇ 3 ਦਿਨ ਪਹਿਲਾਂ ਟਾਈਮ ਸਿਲੈਕਟ ਕਰਨਾ ਵਾ ਆਪਾਂ ਕਿ ਆਪਾਂ ਇੰਨੇ ਤੋਂ ਇੰਨੇ ਕੰਮ ਕਰਾਂਗੇ ਜੀ ਇੰਨੇ ਤੋਂ ਇੰਨੇ ਕੰਮ ਕਰਾਂਗੇ ਅਗਰ ਆਪਾਂ ਔਨ ਦੀ ਸਪੋਰਟ ਉਹਨੂੰ ਕੈਂਸਲ ਕਰ ਦਿੰਦੇ ਸਾਨੂੰ ₹10 ਪੈਂਦੇ ਸੀ ਇੱਕ ਗਿਗ ਦੇ ਠੀਕ ਆ ਉਹ ਤੋਂ ਬਾਅਦ ਅਗਰ ਉਹਨੂੰ ਨਹੀਂ ਕਰਦੇ ਸੀ ਇਨਕੰਪਲੀਟ ਕਰਦੇ ਫਿਰ ਸਾਨੂੰ ਕੋਲ ਕਰਕੇ ਬੋਲਦੇ ਸੀ ਕਿ ਅਗਰ ਤੁਸੀਂ ਇਹਨੂੰ ਇਨਕੰਪਲੀਟ ਕਰਦੇ ਹੋ ਤਾਂ ਤੁਹਾਡੇ 'ਤੇ ਐਕਸ਼ਨ ਲਿੱਤਾ ਜਾਊਗਾ ਤੁਹਾਡੀ ਆਈ ਡੀ ਬਲੋਕ ਕਰ ਦਿੱਤੀ ਜਾਊਗੀ ਅਗਰ ਬੰਦੇ ਨੂੰ ਕੋਈ ਬਹੁਤ ਐਮਰਜੈਂਸੀ ਪੈ ਗਈ ਹਰ ਬੰਦਾ ਭਾਅ ਜੀ ਕਮਾਨ ਨਹੀਂ ਨਿਕਲਿਆ ਦੇਖੋ ਐਡੀ ਧੁੱਪ ਦੇ ਵਿੱਚ ਇਹ ਮੁੰਡੇ ਕੀ ਕਰਨ ਰਹੇ ਹੋਰ ਮਤਲਬ ਕਿਸੇ ਨੂੰ ਘੁੰਮਣ ਦਾ ਸ਼ੌਂਕ ਤਾਂ ਹੈ ਨਹੀਂ ਐਡੀ ਧੁੱਪ 'ਚ ਠੀਕ ਹੈ ਜੀ ਇਨਕੰਪਲੀਟ ਕਰਕੇ ਇਹਨਾਂ ਨੇ ਸਾਨੂੰ ਇਹ ਬੋਲਣ ਲਾ ਆਪਣਾ ਅਗਰ ਹੁਣ ਉਸ ਤੋਂ ਬਾਅਦ ਇਹਨਾਂ ਨੇ ਦੇਖਿਆ ਜੀ ਮੁੰਡੇ ਕਰਦੇ ਆ ਠੀਕ ਹੈ ਜੀ ਕੰਪਲੀਟ ਨਹੀਂ ਕਰਦੇ ਆਪਣੀ ਗਿਗ ਜਾਂ ਕੈਂਸਲ ਕਰ ਦਿੰਦੇ ਇਹਨਾਂ ਨੇ ਹੁਣ ਨਵਾਂ ਸਿਸਟਮ ਕਰ ਦਿੱਤਾ ਕਿ ਤੁਸੀਂ ਗਿਗ ਨੂੰ 3 ਘੰਟੇ ਪਹਿਲਾਂ ਕਰ ਸਕਦੇ ਔਨ ਦੀ ਸਪੋਰਟ ਤੁਸੀਂ ਨਹੀਂ ਕਰ ਸਕਦੇ 3 ਘੰਟੇ ਦੇ ਵਿੱਚ ਹੁਣ ਬੰਦੇ ਨੂੰ ਖੜ੍ਹੇ ਪੈਰ ਕੰਮ ਪੈ ਜਾਂਦਾ ਭਾਅ ਜੀ ਬਹੁਤ ਮੁਸ਼ਕਲ ਹੋ ਗਿਆ ਕਹਿਣ ਤੋਂ ਭਾਵ ਸਾਰੀ ਗੱਲ ਇੱਥੇ ਮੁੱਕਦੀ ਕਿ ਜਦੋਂ ਜ਼ੋਮੈਟੋ ਸਟਾਰਟ ਹੋਏ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਗਈਆਂ ਬਹੁਤ ਸਾਰਾ ਕਹਿ ਲਓ ਕਿ ਇੱਕ ਲਾਲਚ ਦਿੱਤਾ ਗਿਆ ਵੀ ਤੁਹਾਨੂੰ ਆਹ ਵੀ ਕਰਾਂਗੇ ਆਹ ਵੀ ਕਰਾਂਗੇ ਜਦੋਂ ਹੁਣ ਸਮਾਂ ਬੀਤਦਾ ਗਿਆ ਅਤੇ ਤੰਗ ਕਰਨੇ ਆ ਗਿਆ ਬਿਲਕੁਲ ਜੀ ਇਹ ਮੇਰੀ ਪਰਸੋਂ ਸਾਡੇ ਜਿਹੜੇ ਸ਼ਾਸਤਰੀ ਨਗਰ ਦੇ TL ਆ ਵੀਨਸ ਜੀ ਉਹਨਾਂ ਦੇ ਨਾਲ ਮੇਰੀ ਬੈਠ ਕੇ ਗੱਲ ਹੋਈ ਫੋਨ ਦੇ ਉੱਤੇ 25 ਤੋਂ 30 ਮਿੰਟ ਅੱਧਾ ਘੰਟਾ ਗੱਲ ਪੂਰੀ ਕੀਤੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਸਰ ਇੱਕ ਬੰਦਾ ਜਿਹੜਾ ਕਿਸੇ ਦੁਕਾਨ 'ਤੇ ਕੰਮ ਕਰਦਾ ਉਹਨੂੰ 15,000 ਜਾਂ ਸੈਲਰੀ ਲੱਗਦੀ ਉਹਦੀ ਸਟਾਰਟਿੰਗ ਜਾਂ 12,000 ਕਹਿ ਲਓ ਉਹ ਏਅਰਲੀ ਇਨਕਰੀਜ਼ ਹੁੰਦੀ ਭਾਅ ਜੀ 1,000 ਵੱਧ ਜੂਗਾ 2,000 ਵੱਧ ਜੂਗਾ 500 ਵਧੂਗਾ ਇੱਕ ਬੰਦਾ ਮਜ਼ਦੂਰ ਆ ਮਿਸਤਰੀ ਆ ਉਹਦੀ ਦਿਹਾੜੀ 700 ਆ ਨਾਲ ਲੇਬਰ ਦੀ 500 ਆ ਉਹਦੀ ਫਿਕਸ ਆ ਅਰੇ ਸਾਨੂੰ ਤਾਂ ਤੁਸੀਂ ਸਾਡੀ ਇਨਵੈਸਟਮੈਂਟ ਖੁਦ ਦੀ ਆ ਮੋਟਰਸਾਈਕਲ ਸਾਡੇ ਫੋਨ ਸਾਡੇ ਸਾਡਾ ਸਰੀਰ ਆਪਣਾ ਹੀ ਤੋੜਦੇ ਹਾਂ ਐਡੀ ਗਰਮੀ ਆਪਾਂ ਸਰਦੀਆਂ ਦੇ ਵਿੱਚ ਵੀ ਮੀਂਹ 'ਚ ਕੰਮ ਕਰਦੇ ਹਾਂ ਠੀਕ ਹੈ ਜੀ ਅਗਰ ਰੇਨਕੋਟ ਫਟਿਆ ਵੀ ਅਸੀਂ ਗਿੱਲੇ ਵੀ ਹੋ ਕੇ ਕੰਮ ਕਰਦੇ ਰਹੇ ਹਾਂ ਜਨਵਰੀ ਫਰਵਰੀ ਦੇ ਕੋਲ ਕਿੰਨਾ ਮੀਂਹ ਪਿਆ ਸੀਗਾ ਠੰਡ 'ਚ ਅਸੀਂ ਸਾਰਿਆਂ ਨੇ ਕੰਮ ਕੀਤਾ ਉਦੋਂ ਮੀਂਹ ਦੇ ਵਿੱਚ ਇਹਨਾਂ ਨੇ ਸਾਨੂੰ ਕਿਸੇ ਨੂੰ ਫੋਨ ਕਰਕੇ ਨਾ ਇਹ ਨਹੀਂ ਕਿਹਾ ਤੁਸੀਂ ਠੀਕ ਠਾਕ ਹੋ ਬਿਲਕੁਲ ਵੀ ਨਹੀਂ ਸਵੀਗੀ ਦੇ ਵਿੱਚ ਮੈਂ ਕੰਮ ਕਰ ਕੀਤਾ 2 ਸਾਲ ਸਾਨੂੰ ਹਾਲ ਚਾਲ ਪੁੱਛਦੇ ਸੀਗੇ ਇਹ 'ਚ ਕੋਈ ਨਹੀਂ ਪੁੱਛਣ ਵਾਲਾ ਹੀ ਹੈ ਨਹੀਂ ਇਹ ਕਹਿੰਦੇ ਤੁਹਾਨੂੰ ਮਿਲਣ ਨਹੀਂ ਆ ਸਕਦੇ ਸੀ ਫੀਲਡ 'ਤੇ ਠੀਕ ਹੈ ਜੀ ਆਪਾਂ ਖੁਦ ਮਰਜ਼ੀ ਨਾਲ ਆਵਾਂਗੇ ਹੁਣ ਇਹਨਾਂ ਨੂੰ ਸੱਦੇ ਆ ਕਹਿੰਦੇ ਨਹੀਂ ਆਉਣਾ ਜੀ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਇਸ ਬਾਰੇ ਕਿਉਂਕਿ ਆਈਡੀਆਂ ਬੰਦ ਕਰ ਦਿੱਤੀਆਂ ਗਈਆਂ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਧਰਨਾ ਲੱਗਾ ਹੋਇਆ ਹੈ ਕਿ ਸਭ ਤੋਂ ਪਹਿਲੇ ਮੈਂ ਤਾਂ ਇਹੀ ਕਹਾਂਗਾ ਕਿ ਜਿਸ ਬੰਦੇ ਦੀ ਆਈਡੀ ਬੰਦ ਹੋਈ ਹੈ ਰਾਕੇਸ਼ ਖੰਨਾ ਸਭ ਤੋਂ ਪਹਿਲੇ ਉਹਨਾਂ ਦੀ ਆਈਡੀ ਚਾਲੂ ਕੀਤੀ ਜਾਵੇ ਦੂਜੀ ਗੱਲ ਇੱਕ ਜਲੰਧਰ ਸ਼ਹਿਰ ਹੈ ਇਹ ਕੋਈ ਵੱਟਿਆ ਹੋਇਆ ਤਾਂ ਹੈ ਨਹੀਂ ਜੋਮੈਟੋ ਵਾਲਿਆਂ ਨੇ ਕਿਉਂ ਵੱਟਿਆ ਹੋਇਆ ਐਵੇਂ 5 ਜਨ 'ਚ ਹੋਏ 6 ਜਨ 'ਚ ਹੋਏ ਸ਼ਾਸਤਰੀ ਨਗਰ ਗੁਰਦੇਵ ਨਗਰ ਮਾਡਲ ਟਾਊਨ ਮੈਂ ਕਹਿੰਦਾ ਸਾਰਿਆਂ ਨੂੰ ਇਕੱਠੇ ਹੋਣ ਮੈਂ ਪੂਰਾ ਜਲੰਧਰ ਇੱਕ ਹੋ ਜਾਵੇ ਪਹਿਲੀ ਗੱਲ ਦੂਜੀ ਗੱਲ ਜਿਹੜਾ ਰੇਟ ਕਾਰਡ ਦਾ ਇਸ਼ੂ ਹੈ ਨਾ ਉਹ ਇਹ ਨਹੀਂ ਸਿਰਫ ਮਾਰੇ ਨਾਲ ਹੈ ਮੇਰੇ ਨਾਲ ਹੀ ਹੈ ਉਹ ਸਾਰੇ ਬੰਦੇ ਦੇ ਨਾਲ ਹੈ ਕੋਈ 500 ਦਾ ਕੰਮ ਕਰਦਾ ਕੋਈ 700 ਦਾ ਕੰਮ ਕਰਦਾ ਕੋਈ 800 ਦਾ ਕੰਮ ਕਰਦਾ ਉਹ ਕਹਿੰਦਾ ਮੈਂ ਠੀਕ ਹੈ ਕੁਝ ਬੰਦੇ ਹੈ ਜੋ ਕਹਿੰਦੇ ਮੈਂ ਠੀਕ ਹਾਂ ਬਟ ਅਸੀਂ ਕਹਿੰਦੇ ਕਿ ਮੈਂ ਠੀਕ ਨਹੀਂ ਹਾਂ ਮਾਰਚ ਤੋਂ ਪਹਿਲੇ ਹੁਣ ਜਿਹੜੀ 2022 ਦੀ ਮਾਰਚ ਚੱਲਦੀ ਮਾਰਚ ਤੋਂ ਪਹਿਲੇ ਬਹੁਤ ਵਧੀਆ ਸੀ ਅਸੀਂ ਵੀ ਕਹਿੰਦੇ ਅੱਗੇ ਵਧੀਆ ਸੀਗਾ ਲੇਕਿਨ ਹੁਣ ਜਿਹੜੀ ਮਾੜਾ ਹਾਲਤ ਹੋ ਗਈ ਹੈ ਅਪ੍ਰੈਲ ਦੀ ਬਾਅਦ ਅਪ੍ਰੈਲ ਮਹੀਨੇ ਦੀ ਬਾਅਦ ਜਿਹੜੀ ਹਾਲਤ ਹੋਈ ਹੈ ਉਹ ਕਹਿੰਦਾ ਬੰਦਾ ਘਰ ਚਲਾਉਣਾ ਔਖਾ ਹੋ ਗਿਆ ਨਾ ਮੋਟਰਸਾਈਕਲ ਦਾ ਖਰਚਾ ਨਿਕਲਦਾ ਨਾ ਆਪਣਾ ਖਰਚਾ ਨਿਕਲਦਾ ਨਾ ਪਰਿਵਾਰ ਦਾ ਖਰਚਾ ਨਿਕਲਦਾ ਫਿਰ ਬੰਦਾ ਕੰਮ ਕਿਉਂ ਕਰੇ ਜਾਂ ਤਾਂ ਸਭ ਤੋਂ ਵਧੀਆ ਸਾਰੇ ਕੇ ਸਾਰੇ ਬੰਦੇ ਕੰਮ ਛੱਡ ਦੇ ਜਾਂ ਤਾਂ ਕੰਪਨੀ ਉਸ ਮਸਲੇ ਦੀ ਹੱਲ ਕੱਢੇ ਕਿ ਅਸੀਂ ਕੀ ਕਰਨਾ ਹੈ ਬਿਲਕੁਲ ਕੋਈ ਗੱਲਬਾਤ ਨਹੀਂ ਕਰੂਗਾ ਅਸੀਂ ਕਿਹੜੇ ਮੋੜੇ ਫਿਰਾਂਗਾ ਅਤੇ ਰਕੇਸ਼ ਬਾਈ ਜੀ ਤੁਸੀਂ ਦਿਖਾ ਸਕਦੇ ਹੋ ਤੁਹਾਡੀ ਜਿਹੜੀ ਆਈਡੀ ਇੱਥੇ ਬੰਦ ਕੀਤੀ ਹੋਈ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦੀ ਜਿਹੜੀ ਜ਼ੋਮੈਟੋ ਵਾਲੀ ਆਈਡੀ ਆ ਬੰਦ ਤੁਹਾਡੇ ਸਾਰੇ ਸਾਥੀਆਂ ਦੀ ਕਰ ਦਿੱਤੀ ਬੰਦ ਇੱਕ ਜਿਹੜੀ ਪਰਸਨ ਦੀ ਧਮਕੀ ਵੀ ਮਿਲ ਰਹੀ ਹੈ ਅਤੇ ਆਈ ਡੀ ਵੀ ਜਿਹੜੀ ਤੁਸੀਂ ਦੇਖ ਸਕਦੇ ਹੋ ਕਿ ਆ ਦੇਖੋ ਅਕਾਊਂਟ ਡਿਸੇਬਲਡ ਆ ਰਿਹਾ ਇੱਥੇ ਇਹਨਾਂ ਦੀ ਜਿਹੜੀ ਆਈ ਡੀ ਆ ਬੰਦ ਕੀਤੀ ਗਈ ਆ ਸੋ ਬਾਈ ਜੀ ਹੁਣ ਜੇ ਤੁਹਾਡੀ ਆਈ ਡੀ ਨਾ ਚੱਲੀ ਜਾਂ ਇਹਨਾਂ ਨੇ ਨਾ ਤੁਹਾਨੂੰ ਕੰਮ 'ਤੇ ਦੁਬਾਰਾ ਰੱਖਿਆ ਤਾਂ ਕੀ ਅਗਲਾ ਤੁਹਾਡਾ ਐਕਸ਼ਨ ਕੀ ਹੋਊਗਾ ਬਾਕੀ ਸਾਰੇ ਭਰਾਵਾਂ ਦੇ ਨਾਲ ਸਰ ਜੋ ਸਾਰੇ ਹੜਤਾਲ ਉਹਦੀ ਚੱਲਦੀ ਰਹੇਗੀ ਸਰ ਜਿੰਨੀ ਤਾਂ ਸਾਡੀ ਆਈ ਡੀ ਬਲੋਕ ਫੂਡ ਬਾਜ਼ਾਰ ਦੇ ਬਾਹਰ ਹੀ ਹੜਤਾਲ ਚੱਲੇਗੀ ਸਰ ਦੇਖਾਂਗੇ ਸਰ ਅਲੱਗ ਅਲੱਗ ਰੈਸਟੋਰੈਂਟ ਦੇ ਬਾਹਰ ਸਰ ਖੜ੍ਹੇ ਹੋਵਾਂਗੇ ਸਰ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਸਾਰੇ ਜ਼ੋਮੈਟੋ ਵਾਲੇ ਵੀਰ ਨੇ ਇੱਥੇ ਇਕੱਠੇ ਹੋਏ ਨੇ ਆਈ ਡੀ ਬੰਦ ਕਰ ਦਿੱਤੀ ਹੈ ਮੰਗਾਂ ਜਿਹੜੀਆਂ ਨਹੀਂ ਮੰਨੀਆਂ ਜਾ ਰਹੀਆਂ ਧੁੱਪੇ ਕੰਮ ਕਰਦੇ ਨੇ ਆਪਣਾ